अस्सलाम वालेकुम, कैसे हो जी आप साहब? मेरी वाइटी फैमिली वाले सारे ठीक ने जी, ते वीवर तुहाडे दुआ नाल असीं भी ठीक आ अलहमदुलिल्ला। मेरे देश परदेश च रहण वाले भैन भरा भी ठीक होणगे, साडी दुआ जी अल्लाह ताला उन्हां नूं भी ठीक ही रखे। ते चले वीवर तुहाडे नाल रैसपी स्टार्ट शेयर करने आ जी, दाल माश दी। ते वीडियो दे नाल बने रहिएगा, जिहड़ा वीडियो ते न्यू है वीडियो नूं लाइक सबसक्राइब और बैल दे बटन लाजमी प्रेस करे ਕਿ ਸਭ ਤੋਂ ਪਹਿਲਾਂ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਨੂੰ ਬਆਸਾਨੀ ਪਹੁੰਚ ਜਾਵੇ ਮੇਰਾ। ਠੀਕ ਹੈ ਜੀ, ਅਤੇ ਚੱਲਦੇ ਵੀ ਰੈਸਪੀ ਦੀ ਤਰਫ, ਵੀਡੀਓ ਦੇ ਨਾਲ ਬਣੇ ਰਹੀਏਗਾ ਜੀ। ਥੈਂਕ ਯੂ ਸੋ ਮੱਚ ਫੁੱਲ ਵਾਚਿੰਗ ਦਾ ਜੀ। ਤਾਂ ਵੀਵਰ ਜੀ, ਅੰਮੀ ਤੁਹਾਡੇ ਸਾਹਮਣੇ ਬਿਲਕੁਲ ਮੌਜੂਦ ਨੇ, ਬੈਠੇ ਨੇ, ਦੇਖ ਸਕਦੇ ਹੋ ਤੁਸੀਂ। ਅਤੇ ਵੀਵਰ ਸਾਡੇ ਕੋਲ ਪਈ ਜੀ ਹੈ ਦਾਲ ਮਾਸ਼ ਦੀ, ਔਰ ਹੈ ਜੀ ਪਿਆਜ਼ ਕੁੱਟਿਆ ਹੋਇਆ ਜੀ, ਥੋਮ ਵਗੈਰਾ ਲਸਣ ਵਗੈਰਾ ਸਾਰਾ ਵਿੱਚ ਮਿਕਸ, ਮਿਰਚਾਂ ਪਈਆਂ ਨੇ, ਅਤੇ ਪ੍ਰੈਸ਼ਰ ਅਸੀਂ ਰੱਖ ਲਿਆ ਜੀ ਉੱਪਰ। ਅਤੇ ਚੱਲੇ ਵੀਵਰ ਰੈਸਪੀ ਸਟਾਰਟ ਕਰਨੇ ਹਾਂ, ਵੀਡੀਓ ਦੇ ਨਾਲ ਹੀ ਬਣੇ ਰਹੀਏਗਾ ਜੀ। ਤਾਂ ਵੀਵਰ ਜੀ, ਘੀ ਅਸੀਂ ਐਡ ਕਰਨੇ ਜੀ ਇਹਦੇ ਅੰਦਰ। ਤੁਸੀਂ ਆਪਣੇ ਜ਼ਰੂਰਤ ਦੇ ਮੁਤਾਬਕ ਘੀ ਜਿਹੜਾ ਨਾ ਇਸਤੇਮਾਲ, ਜਿੰਨਾ ਤੁਸੀਂ ਖਾਂਦੇ ਜੇ ਜਾਂ ਇਸਤੇਮਾਲ ਕਰਦੇ ਜੇ ਹਾਂਡੀ ਦੇ ਵਿੱਚ, ਅਸੀਂ ਤਕਰੀਬਨ ਜਿਹੜਾ ਨਾ ਜੀ 3 ਚਮਚ ਭਰ ਭਰ ਕੇ ਨਹੀਂ ਪਾਏ, ਛੋਟੇ ਪਾਏ ਨੇ। ਅਤੇ ਜਿੰਨਾ ਵੀ ਅੱਜ ਗਰਮੀ ਵੀ ਜਿਹੜੀ ਨਾ ਬਹੁਤ ਸ਼ਦੀਦ ਦੀ ਹੈ, ਅਤੇ ਗਰਮੀ ਸਾਰੇ ਪਾਸੇ ਬੜੀ ਪੈ ਰਹੀ ਹੈ। ਜੇਕਰ ਘਿਓ ਸਾਡਾ ਦੁੱਧ ਗਰਮ ਹੋ ਚੁੱਕਿਆ, ਐਡ ਕਰਤਾ ਜੀ ਇਹਨਾਂ ਨੇ ਅਦਰਕ, ਥੋਮ, ਲਸਣ, ਇਹ ਜਿਹੜਾ ਪਿਆਜ਼ ਕੁੱਟਿਆ ਜੀ। ਜੇਕਰ ਮਾਹੀ ਦੀ ਦਾਲ ਪਕਾਵਾਂਗੇ ਤਾਂ ਤੁਸੀਂ ਵੀ ਇਸੇ ਤਰ੍ਹਾਂ ਦੇਖ ਕੇ ਬਣਾਓ, ਅਤੇ ਜਿਹੜਾ ਨਾ ਜੀ ਬਹੁਤ ਅੱਛੀ ਬਣੇਗੀ। ਇੱਕ ਵਾਰੀ ਜਰਾ ਟਰਾਈ ਲਾਜ਼ਮੀ ਕਰੀਏਗਾ, ਮੇਰੀ ਮਾਂ ਦੀ ਹੱਥੀ ਪੱਕੀ ਹੋਈ ਹਾਂਡੀ। ਬਾਕੀ ਹਰ ਆਪਣਾ ਜਿਹੜਾ ਨਾ ਜੀ ਖਾਣਾ ਪਕਾਉਣਾ ਜਿਹੜਾ ਹੁੰਦਾ ਨਾ ਜੀ, ਆਪਣੀ ਆਪਣੀ ਚੁਆਇਸ ਪਸੰਦ ਹੁੰਦੀ ਹੈ। ਲੇਕਿਨ ਫਿਰ ਵੀ ਜਿਹੜਾ ਨਾ ਜੀ ਤੁਸੀਂ ਇੱਕ ਵਾਰੀ ਮੇਰੀ ਮਾਂ ਦੀ ਹੱਥੀ ਪੱਕੀ ਤੁਸੀਂ ਹਾਂਡੀ ਜਿਸ ਤਰ੍ਹਾਂ ਬਣਾਉਂਦੇ ਨੇ, ਇਸ ਤਰ੍ਹਾਂ ਤੁਸੀਂ ਦੇਖ ਕੇ ਇੱਕ ਵਾਰੀ ਬਣਾਓ, ਇਨਸ਼ਾਅੱਲਾ ਤਾਲਾ ਜੀ ਬੜਾ ਮਜ਼ਾ ਆਏਗਾ। ਪਾਣੀ ਉਹਨਾਂ ਨੇ ਐਡ ਕੀਤਾ ਜੀ ਥੋੜ੍ਹਾ ਜਿਹਾ, ਅਤੇ ਨਮਕ ਮਿਰਚ ਜਿਹੜਾ ਮੈਂ ਜੀ ਪਾਉਣ ਵਾਸਤੇ ਪਾਣੀ ਐਡ ਕੀਤਾ। ਅਤੇ ਵੀਰ ਜਿਹੜਾ ਨਾ ਜੀ ਜ਼ਰੂਰਤ ਦੇ ਮੁਤਾਬਕ ਚਾਹੀਦੀ ਉਹਦੇ ਵਿੱਚ ਮਿਰਚਾਂ 3 ਚਮਚ, ਔਰ ਜ਼ਰੂਰਤ ਦੇ ਮੁਤਾਬਕ ਹਲਦੀ ਐਡ ਕਰਾਂਗੇ ਅਸੀਂ ਉਹਦੇ ਅੰਦਰ, ਔਰ ਜਾਏਗਾ ਜੀ ਨਾਲ ਨਮਕ ਜ਼ਰੂਰਤ ਦੇ ਹਿਸਾਬ ਨਾਲ। ਜਦੋਂ ਵੀਵਰ ਮਸਾਲਾ ਕਰਾਂਗੇ ਚੰਗੀ ਤਰ੍ਹਾਂ ਤਿਆਰ, ਫਿਰ ਜਿਹੜਾ ਨਾ ਜੀ ਅਗਲਾ ਸਟੈਪ ਤੁਹਾਨੂੰ ਦੱਸਾਂਗੇ। ਚਲੋ ਜੀ, ਮਸਾਲਾ ਸਾਡਾ ਬਿਲਕੁਲ ਹੋ ਗਿਆ ਜੀ ਤਿਆਰ, ਅਤੇ ਅਸੀਂ ਇਹਦੇ ਅੰਦਰ ਐਡ ਕਰਾਂਗੇ ਜੀ ਵੀਵਰ ਦਾਲ ਮਾਸ਼ ਦੀ ਇਸ ਮਸਾਲੇ ਦੇ ਵਿੱਚ। ਥੋੜ੍ਹਾ ਜਿਹਾ ਇਹਨੂੰ ਅਸੀਂ ਇਹ ਦਾਲ ਦੀ ਮਾਸ਼ ਨੂੰ ਜਿਹੜਾ ਨਾ ਜੀ ਇਹਦੇ ਅੰਦਰ ਹੀ ਭੁੰਨਾਂਗੇ, ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਪਾਣੀ ਐਡ ਕਰਾਂਗੇ ਜਿਹਦੇ ਨਾਲ ਗਲ ਜਾਵੇ, ਪਾਣੀ ਕਰਾਂਗੇ ਬਿਲਕੁਲ ਥੋੜ੍ਹਾ ਐਡ। ਅਤੇ ਚਲੋ ਗਾਈਸ, ਉੱਪਰ ਦਿੰਦੇ ਹਾਂ ਜੀ ਵੇਟ, ਪਾਣੀ ਅੰਮੀ ਨੇ ਐਡ ਕਰ ਦਿੱਤਾ ਵਿੱਚ।
ਅਸਲ ਜਿਹੜਾ ਟੱਕਣ ਅੰਦਰ ਰਹਿ ਗਿਆ ਪ੍ਰੈਸ਼ਰ ਦਾ। ਜੀ ਮਤਲਬ ਕਿ ਡੇਢ ਅਸੀਂ ਦੇਤੀ ਹੈ ਜੀ ਦਾਲ ਮਾਸ਼ ਨੂੰ, ਚਲੋ ਇਹਦੀ ਗੈਸ ਕੱਢ ਕੇ ਤੁਸੀਂ ਚੈੱਕ ਕਰਨਾ ਜੀ ਢੱਕਣ। ਜੀ ਦਾਲ ਚਣੇ ਦੀ ਹੈ ਜੀ, ਥੋੜ੍ਹਾ ਜਿਹਾ ਪਾਣੀ ਹੈ, ਪਾਣੀ ਕਰਾਂਗੇ ਅਸੀਂ ਬਿਲਕੁਲ, ਕੁਛ ਜ਼ਿਆਦਾ ਵੇਟ ਨਹੀਂ ਨਾ ਦਿੱਤੀ ਕਿਉਂਕਿ ਅਸੀਂ ਅੱਗੇ ਚਨੇ ਦੀ ਦਾਲ ਨੂੰ ਜ਼ਿਆਦਾ ਵੇਟ ਦੇ ਦਿੱਤੀ, ਬਿਲਕੁਲ ਕੁਛ ਕਰਤਾ ਸੀ ਪਾਣੀ, ਅਸੀਂ ਤਕਰੀਬਨ ਥੋੜ੍ਹੀ ਜਿਹੀ ਘੱਟ ਹੀ ਰੱਖੀ ਹੈ ਵੇਟ, ਅਤੇ ਵੈਸੇ ਇਹਨੂੰ ਪਕਾ ਲੈਂਦੇ ਤਾਂ ਢੱਕਣ ਦੇ ਕੇ ਉੱਪਰ, ਪਾਣੀ ਜਿਹੜਾ ਇਹਦਾ ਖੁਸ਼ਕ ਹੋ ਜਾਵੇ, ਬਿਲਕੁਲ ਡਰਾਈ ਹੋ ਜਾਵੇ। ਗਰਮੀ ਬਹੁਤ ਜ਼ਬਰਦਸਤ ਆ ਰਹੀ ਹੈ ਜੀ, ਚਲੋ ਜੀ ਚੈੱਕ ਕਰਨੀ ਹੈ ਜੀ, ਮਸ਼ਾ ਅੱਲਾ ਪਾਣੀ ਬਿਲਕੁਲ ਡਰਾਈ ਹੋ ਚੁੱਕਿਆ ਹੈ, ਤੁਸੀਂ ਦੇਖ ਸਕਦੇ ਜੀ। ਚਲੋ ਵੀ ਬਸ ਸਰਵ ਕਰਨੇ ਆ, ਬਸ ਇੱਕ ਥੋੜ੍ਹਾ ਜਿਹਾ ਮਸਲਾ ਰਹਿ ਗਿਆ, ਸਾਨੂੰ ਧਨੀਆ ਨਹੀਂ ਲੱਭਿਆ ਜੀ ਦੁਕਾਨ ਤੋਂ, ਜਿਹੜਾ ਨਾ ਜੀ ਧਨੀਆ ਤੋਂ ਬਗੈਰ ਜਿਹੜਾ ਨਾ ਜੀ ਸਾਡੀ ਇਹ ਡਿਸ਼ ਜਿਹੜੀ ਨਾ ਮੈਨੂੰ ਬਿਲਕੁਲ ਹੀ ਨਹੀਂ ਜਿਹੜਾ ਨਾ ਜੀ ਜਿਹੜਾ ਨਾ ਲੱਗਦੀ ਅੱਛੀ, ਧਨੀਆ ਤੋਂ ਬਗੈਰ ਜਿਹੜਾ ਨਾ ਹਾਂਡੀ ਬਿਲਕੁਲ ਜਿਹੜੇ ਨਾ ਸਵਾਦ ਹੀ ਨਹੀਂ ਦਿੰਦੀ ਕੋਈ ਵੀ ਐਸੀ ਚੀਜ਼, ਧਨੀਆ ਤੋਂ ਬਗੈਰ ਜਿਹੜਾ ਨਾ ਧਨੀਆ ਲੱਭੇ ਕੋਈ ਨਹੀਂ ਜੀ। ਲਓ ਜੀ ਜੀਵਰ ਜੀ ਦਾਲ ਮਾਸ਼ ਦੀ ਸਾਡੀ ਤੁਸੀਂ ਦੇਖ ਸਕਦੇ ਜੀ ਇਹਦੀ ਫਾਈਨਲ ਲੁੱਕ, ਅਤੇ ਜੀਵਰ ਜੇ ਤੁਹਾਨੂੰ ਅੱਛੀ ਲੱਗੀ ਹੋਵੇ ਜੀ ਸਾਡੀ ਇਹ ਗਰੀਬਾਂ ਦੀ ਦਾਲ ਮਾਸ਼ ਦੀ ਰੈਸਪੀ, ਤਾਂ ਆਪਣੇ ਭਰਾ ਨੂੰ ਕਮੈਂਟ ਬੈਕ ਲਾਜ਼ਮੀ ਦਈਏਗਾ ਜੀ, ਸਾਡੀ ਮਾਂ ਦੀ ਮਿਹਨਤ ਹੈ ਜੀ, ਵੀਡੀਓ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਲਾਜ਼ਮੀ ਕਰ ਦਿਆ ਕਰੋ, ਵੀਡੀਓ ਅੱਗੇ ਜਿਹੜਾ ਨਾ ਜੀ ਮੁਸ਼ਕਲਾਂ ਨਾਲ ਵੀਡੀਓ ਬਣਾਈ ਦੀ ਹੈ, ਐਡਿਟ ਕਰੀ ਦੀ ਹੈ, ਤੁਹਾਨੂੰ ਤੁਹਾਡੇ ਅੱਗੇ ਸ਼ੇਅਰ ਕਰੀ ਦੀ ਹੈ, ਇਨਸ਼ਾ ਅੱਲਾਹ ਤਾਲਾ ਜੀ ਕੱਲ੍ਹ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਆਪਣਾ ਤੁਸੀਂ ਬਹੁਤ ਜ਼ਿਆਦਾ ਖਿਆਲ ਰੱਖਣਾ, ਔਰ ਮੈਨੂੰ ਵੀ ਤੁਸੀਂ ਦੁਆਵਾਂ ਯਾਦ ਰੱਖਿਓ, ਇਨਸ਼ਾ ਅੱਲਾਹ ਤਾਲਾ ਜੀ ਕੱਲ੍ਹ ਨਵੇਂ ਰੈਸਪੀ ਦੇ ਨਾਲ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।